ਸਾਡੇ ਨਾਲ ਇਸ ਵੇਲੇ ਕੇਂਦਰੀ ਰਾਜ ਮੰਤਰੀ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਸੋਮ ਪ੍ਰਕਾਸ਼ ਜੀ, ਫਗਵਾੜਾ ਸੀਟ ਤੁਹਾਡੇ ਘਰ ਦੀ ਸੀਗੀ, ਮੁਕੇਰੀਆਂ ਵੀ BJP ਦੋ ਸੀਟਾਂ ਜਿਹੜੀਆਂ ਗਵਾਈਆਂ, ਕਿਵੇਂ ਦੇਖਦੇ ਹੋ? ਦੇਖੋ, ਜ਼ਿਮਨੀ ਚੋਣ ਸੀ, ਜ਼ਿਮਨੀ ਚੋਣ ਵਿੱਚ ਸਰਕਾਰ ਵੱਲੋਂ ਧੱਕਾ ਵੀ ਕੀਤਾ ਜਾਂਦਾ, ਲਾਲਚ ਵੀ ਦਿੱਤਾ ਜਾਂਦਾ, ਔਰ ਖੂਬ ਪੈਸੇ ਦੀ ਵਰਤੋਂ ਕੀਤੀ ਜਾਂਦੀ ਹੈ। ਸ਼ਰਾਬ ਦੇ ਹੜ੍ਹ, ਜਿਵੇਂ ਇੱਥੇ ਟਰੱਕ ਸ਼ਰਾਬ ਦਾ ਫੜਿਆ ਗਿਆ ਸੀ, ਹਰ ਹਰਬਾ ਉਹਨਾਂ ਨੇ ਵਰਤਿਆ। ਇਸ ਕਰਕੇ ਲੋਕਤੰਤਰ ਦੀ ਜਿੱਤ ਨਹੀਂ ਹੈ, ਇਹ ਤਾਂ ਧੱਕੇ ਦੀ ਅਤੇ ਦੁਰਵਰਤੋਂ ਦੀ ਜਿਹੜੀ ਜਿੱਤ ਹੈ, ਮੈਂ ਇਹ ਕਹਿ ਸਕਦਾ। ਔਰ ਅਸੀਂ ਫਿਰ ਵੀ ਲੋਕਾਂ ਦਾ ਜਿਹੜਾ ਵਡਿਕਟ ਹੈ, ਸਿਰ ਝੁਕਾ ਕੇ ਮੰਨਦੇ ਹਾਂ, ਔਰ ਅੱਗੇ ਨੂੰ ਹੋਰ ਮਿਹਨਤ ਕਰਾਂਗੇ। ਆਪਣੇ ਸਾਰੇ ਵਰਕਰ ਨੂੰ ਕਹਾਂਗੇ ਡਟ ਕੇ ਮਿਹਨਤ ਕਰਨ, ਲੋਕਾਂ ਦੀ ਸੇਵਾ ਵਿੱਚ ਜੁਟੇ ਰਹਿਣ। ਸਰ, ਮਾਰਜਨ ਕਾਫੀ ਵੱਡਾ ਸੀਗਾ ਜੀ, ਲੀਡ ਤੁਸੀਂ ਲੋਕਲ ਹੋ, ਕੇਂਦਰੀ ਮੰਤਰੀ ਵੀ ਹੋ, ਹਲਕੇ ਨੂੰ ਲੀਡ ਵੀ ਪਹਿਲਾਂ ਵੀ ਕਰਦੇ ਰਹੇ ਹੋ ਅਤੇ ਹੁਣ ਵੀ ਕਰਦੇ ਹੋ। ਮੈਂ ਤੁਹਾਨੂੰ ਦੱਸਿਆ, ਇਹ ਜਿਹੜੀ ਅਤੇ ਜ਼ਿਮਨੀ ਚੋਣ ਵਿੱਚ ਕਾਂਗਰਸ ਨੇ ਸਾਰਾ ਜ਼ੋਰ ਲਾਇਆ, ਉਹਦੇ ਮੰਤਰੀ ਆ ਕੇ ਬੈਠ ਰਹੇ, MLA ਆ ਕੇ ਬੈਠ ਰਹੇ, ਔਰ ਲਾਲਚ ਸਿਰ ਵੱਧ ਤੋਂ ਵੱਧ ਦਿੱਤਾ, ਲੋਕਾਂ ਨੂੰ ਆਪਣੇ ਨਾਲ ਰਲਾਇਆ ਵੀ, ਔਰ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਪੂਰਾ ਸਾਥ ਦਿੱਤਾ, ਐਡਮਿਨਿਸਟ੍ਰੇਸ਼ਨ ਨੇ ਪੂਰਾ ਸਾਥ ਦਿੱਤਾ, ਔਰ ਈਵਨ ਓਬਜ਼ਰਵਰ ਤੱਕ ਕੁਛ ਨਹੀਂ ਕਰ ਸਕੇ, ਉਹਨਾਂ ਨੇ ਵੀ ਉਹਨਾਂ ਦਾ ਸਾਥ ਦਿੱਤਾ। ਇਸ ਕਰਕੇ ਹਾਰਨ ਦੀ ਕੋਈ ਸਾਨੂੰ ਕੋਈ ਨਹੀਂ ਹੈ, ਅਸੀਂ ਆਪਣੀ ਡਿਊਟੀ ਕੀਤੀ ਹੈ, ਔਰ ਅਗਲੀ ਕੋਈ ਜਿੱਤ ਹਾਰ ਦੇ ਬਹੁਤਾ ਮੈਂ ਨਹੀਂ ਲੜੀ ਸਿਆਸਤ ਵਿੱਚ, ਮੈਂ ਨਹੀਂ ਰੱਖਦਾ ਕਿ ਤੁਸੀਂ ਸਕੂਲਾਂ ਦੀ ਲੜਾਈ ਲੜੀ ਕਿ ਨਹੀਂ ਲੜੀ। ਕਾਂਗਰਸ ਨੇ ਸਾਰਾ ਬਹੁਤ ਨੀਚੇ ਆ ਕੇ ਲੜਾਈ ਲੜੀ ਹੈ, ਸੋ ਸਾਨੂੰ ਬਹੁਤਾ ਇਹਦਾ ਫਰਕ ਨਹੀਂ ਪੈਂਦਾ। ਮੰਤਰੀ ਜੀ, ਪੰਜਾਬ ਤੋਂ ਹਟ ਕੇ ਗੱਲ ਕਰੀ ਜਾਵੇ ਤਾਂ ਹਰਿਆਣੇ ਦੇ ਵਿੱਚ ਵੀ BJP ਨੂੰ ਆਸ ਮੁਤਾਬਕ ਨਤੀਜੇ ਨਹੀਂ ਮਿਲੇ? ਜੇ ਲੋਕਾਂ ਦਾ ਵਡਿਕਟ ਹੈ, ਜੋ ਵੀ ਲੋਕਾਂ ਦਾ ਵਡਿਕਟ ਹੈ, ਉਹਨੂੰ ਸਿਰ ਚੁਕਾ ਕੇ ਮੰਨਣਾ ਚਾਹੀਦਾ। ਲੋਕਾਂ ਦਾ ਜੋ ਵੋਟਾਂ ਪਾਈਆਂ, ਉਹਦੇ ਵਿੱਚ ਹਰ ਇੱਕ ਬੰਦਾ ਆਸ ਕਰਦਾ, ਮੈਂ ਇਹ ਕਰਨਾ ਇਹ ਕਰਨਾ, ਜੋ ਰਿਜ਼ਲਟ ਆਇਆ ਉਹਦਾ ਸਤਿਕਾਰ ਕਰਦੇ ਹਾਂ। ਸੋਏ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਜੀ ਸੀਗੇ, ਇਹਨਾਂ ਦਾ ਕਹਿਣਾ ਕਿ ਲੋਕਾਂ ਦਾ ਫਤਵਾ ਜਿਹੜਾ ਸਿਰ ਝੁਕਾ ਕੇ ਮੰਨ ਲੈਣਾ ਚਾਹੀਦਾ, ਪਰ ਇਹ ਇਹਨਾਂ ਦਾ ਨਾਲ ਇਹ ਵੀ ਕਹਿਣਾ ਕਿ ਇਹ ਜਿੱਤ ਲੋਕਤੰਤਰ ਦੀ ਨਹੀਂ, ਕਾਂਗਰਸ ਨੇ ਧੱਕੇ ਨਾਲ ਧੱਕਾ ਕਰਕੇ ਜਿੱਤੀ ਹੈ। ਕੈਮਰਾ ਪਰਸਨ ਕਮਲ ਗਿੱਲ ਦੇ ਨਾਲ ਗਗਨ ਸ਼ੁਕਲਾ, ਡੇਲੀ ਪੋਸਟ, ਫਗਵਾੜਾ।